ਨਮਸਕਾਰ, ਸਿਟੀ ਹੋਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਵੰਦਨਾ ਸ਼ਰਮਾ ਸਵਾਗਤ ਕਰਦੀ ਹਾਂ। ਅੱਜ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ ਇੱਕ ਅਹਿਮ ਮੁੱਦੇ ਦੇ ਨਾਲ। 10 ਸਤੰਬਰ ਨੂੰ ਰਾਹੁਲ ਗਾਂਧੀ ਵੱਲੋਂ ਅਮਰੀਕਾ ਦੇ ਵਿੱਚ ਦਿੱਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਬਿਆਨ ਤੇ ਸਿਆਸਤ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ। ਇਸੇ ਨੂੰ ਲੈ ਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਆਤੰਕੀ ਕਿਹਾ। ਬਿੱਟੂ ਦੇ ਇਸ ਬਿਆਨ ਨੂੰ ਲੈ ਕੇ ਪੰਜਾਬ ਅੰਦਰ ਜਗ੍ਹਾ ਜਗ੍ਹਾ ਤੇ ਬਿੱਟੂ ਖਿਲਾਫ ਪ੍ਰਦਰਸ਼ਨ ਹੋ ਰਹੇ ਨੇ, ਪੁਤਲੇ ਫੂਕੇ ਜਾ ਰਹੇ ਨੇ। ਹੁਣ ਤਾਜ਼ਾ ਸਥਿਤੀ ਇਹ ਹੈ ਕਿ ਬਿੱਟੂ ਦੇ ਅਗੇਂਸਟ ਬੈਂਗਲੌਰ ਦੇ ਵਿੱਚ FIR ਦਰਜ ਕਰਵਾ ਦਿੱਤੀ ਗਈ ਹੈ ਤੇ ਨਾਲ ਹੀ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਵਾਬੀ ਕਾਰਵਾਈ ਕਰਦਿਆਂ BJP ਨੇ ਵੀ ਰਾਹੁਲ ਗਾਂਧੀ ਦੇ ਖਿਲਾਫ ਛੱਤੀਸਗੜ੍ਹ ਅਤੇ ਰਾਜਸਥਾਨ ਦੇ ਵਿੱਚ 2 FIR ਦਰਜ ਕਰਵਾ ਦਿੱਤੀਆਂ ਨੇ। ਸੋ ਇਸੇ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰਾਜੇਸ਼ ਮਹਿਰਾ। ਨਮਸਕਾਰ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਵੰਦਨਾ। ਮੈਂ ਸਾਹਿਬ, ਜਿਵੇਂ ਕਿ ਇਹ ਰਾਹੁਲ ਗਾਂਧੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਅਮਰੀਕਾ ਦੇ ਵਿੱਚ ਇੱਕ ਧਾਰਮਿਕ ਆਜ਼ਾਦੀ ਨੂੰ ਲੈ ਕੇ, ਇਹ ਬਿਆਨ ਉਹਨਾਂ ਦੇ ਵੱਲੋਂ ਜਾਣ ਬੁੱਝ ਕੇ ਦਿੱਤਾ ਗਿਆ ਜਾਂ ਫਿਰ ਕੁਝ ਹੋਰ ਕੁਝ ਕਹਿਣਾ ਚਾਹੁੰਦੇ ਸੀ ਇਸ ਪਿੱਛੇ? ਵੰਦਨਾ, ਦੇਖੋ, ਰਾਹੁਲ ਗਾਂਧੀ ਕਈ ਵਾਰੀ ਅਮਰੀਕਾ ਗਏ ਨੇ ਔਰ ਕਈ ਵਾਰੀ ਉਹਨਾਂ ਨੇ ਉੱਥੇ ਕੋਈ ਮੀਟਿੰਗ ਕਰਕੇ, ਨੁੱਕੜ ਮੀਟਿੰਗ ਕਰਕੇ ਜਾਂ ਕਿਸੇ ਵੀ ਸਭਾ ਦੇ ਵਿੱਚ ਬਿਆਨਬਾਜ਼ੀ ਕਰਦੇ ਰਹੇ ਨੇ। ਖਾਸ ਕਰਕੇ ਪਹਿਲਾਂ ਉਹਨਾਂ ਨੇ ਰਿਜ਼ਰਵੇਸ਼ਨ ਦੀ ਗੱਲ ਕਹੀ ਸੀ, ਫਿਰ ਹੁਣ ਧਾਰਮਿਕ ਆਜ਼ਾਦੀ ਦੀ ਗੱਲ ਜਿਹੜੀ ਕੀਤੀ ਆ, ਉਹਦੇ ਵਿੱਚ ਜਦੋਂ ਇੱਕ ਸਭਾ ਨਾਲ ਗੱਲ ਕਰ ਰਹੇ ਸੀ, ਲੋਕ ਬੈਠੇ ਸੀ, ਉਹਨਾਂ ਨੇ ਇੱਕ ਕਿਸੇ ਲੜਕੇ ਨੂੰ ਉਠਾਇਆ ਅਤੇ ਉਹਨੂੰ ਪੁੱਛਿਆ, ਉਹਨੇ ਆਪਣੇ ਆਪ ਨੂੰ ਦੱਸਿਆ ਔਰ ਜਦੋਂ ਉਹਨਾਂ ਨੇ ਦੱਸਿਆ ਵੀ ਸਿੱਖ ਸਮੁਦਾਇ ਤੋਂ ਆ, ਤਾਂ ਫਿਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਹੈ, ਕੀ ਤੁਹਾਨੂੰ ਪਗੜੀ ਬੰਨਣ ਦੀ ਇਜਾਜ਼ਤ ਹੈ, ਕੀ ਤੁਹਾਨੂੰ ਗੁਰਦੁਆਰੇ 'ਚ ਮੱਥਾ ਟੇਕਣ ਦੀ ਇਜਾਜ਼ਤ ਹੈ, ਤੁਹਾਨੂੰ ਕਿਤੇ ਜਾਣ ਦੀ ਇਜਾਜ਼ਤ ਹੈ। ਸੋ ਧਾਰਮਿਕ ਆਜ਼ਾਦੀ ਨੂੰ ਲੈ ਕੇ ਉਹਨਾਂ ਨੇ ਗੱਲ ਕਹੀ ਸੀ, ਜਦਕਿ ਹਿੰਦੁਸਤਾਨ ਦੇ ਅੰਦਰ, ਪੂਰੇ ਵਰਲਡ ਦੇ ਅੰਦਰ ਸਿੱਖ ਸਮੁਦਾਇ ਹੈ, ਸਿੱਖ ਭਾਈਚਾਰਾ ਹੈ। ਲੇਕਿਨ ਜਦੋਂ ਇਹ ਗੱਲ ਕਹੀ ਗਈ, ਉਸ ਤੋਂ ਬਾਅਦ ਸਿਆਸਤ ਬਹੁਤ ਪੱਕ ਗਈ। ਬੰਦਨਾ, ਤੁਸੀਂ ਦੇਖਿਆ ਹੋਣਾ, ਜਿੰਨੇ ਵੀ ਭਾਰਤੀ ਜਨਤਾ ਪਾਰਟੀ 'ਚ ਸਿੱਖ ਸਮੁਦਾਇ ਦੇ ਲੀਡਰ ਸੀ, ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ, ਚਾਹੇ ਹਰਦੀਪ ਪੁਰੀ ਹੋਣ, ਚਾਹੇ ਸਿਰਸਾ ਹੋਵੇ, ਚਾਹੇ ਮਨਜੀਤ ਹੋਵੇ, ਹੋਰ ਵੀ ਲੋਕਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਣਾ ਚਾਹਿਆ ਕਿ ਰਾਹੁਲ ਗਾਂਧੀ ਨੇ ਸਿੱਖਾਂ ਦੇ ਪ੍ਰਤੀ ਉਹਨਾਂ ਨੂੰ ਭਾਵਨਾ ਨੂੰ, ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਗੱਲ ਕਹੀ ਆ। ਇਸ ਬਿਆਨ ਤੋਂ ਲੈ ਕੇ ਰਵਨੀਤ ਸਿੰਘ ਬਿੱਟੂ, ਜਿਹੜੇ ਕਿ ਲੁਧਿਆਣਾ ਤੋਂ ਬਿਲੋਂਗ ਕਰਦੇ, ਪੰਜਾਬ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨੇ ਇਹ ਕਿਹਾ। ਔਰ ਅੱਜ ਉਹ ਕੇਂਦਰ ਦੇ ਸਟੇਟ ਮਿਨਿਸਟਰ ਵੀ ਨੇ, ਰੇਲਵੇ ਮਿਨਿਸਟਰ ਵੀ ਨੇ, ਔਰ ਉਹਨਾਂ ਨੇ ਇਹ ਗੱਲ ਕਹੀ ਕਿ ਰਾਹੁਲ ਗਾਂਧੀ ਦੇ ਬਿਆਨ 'ਤੇ ਉਹਨਾਂ ਨੇ ਜਵਾਬ ਦਿੱਤਾ ਕਿ ਰਾਹੁਲ ਗਾਂਧੀ ਆਤੰਕੀ ਹੈ। ਸੋ ਇਹ ਵੀ ਬਹੁਤ ਵੱਡਾ ਬਿਆਨ ਸੀ, ਮੇਰੇ ਹਿਸਾਬ ਸੇ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ, ਕਿਉਂਕਿ ਇਸ ਤਰੀਕੇ ਦੀ ਜਿਹੜੀ ਸਿਆਸੀ ਬਿਆਨਬਾਜ਼ੀ ਹੁੰਦੀ ਆ ਉਹ ਬਹੁਤ ਦੂਰ ਤੱਕ ਲੈ ਜਾਂਦੀ ਆ। ਔਰ ਉਹਨਾਂ ਨੇ ਤਾਂ ਇਹੀ ਕਿਹਾ ਵੀ ਸਾਡੇ ਸਿੱਖ ਸਮੁਦਾਇ ਨੂੰ ਵੰਡਣ ਦੀ ਗੱਲ ਕੀਤੀ ਰਾਹੁਲ ਨੇ, ਸਾਡੇ ਭਾਵਨਾ ਨੂੰ ਠੇਸ ਪਹੁੰਚਾਇਆ, ਇਸ 'ਤੇ ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣੀ ਚਾਹੀਦੀ ਆ। ਉਹਨਾਂ ਨੇ ਇਹੀ ਨਹੀਂ ਕਿਹਾ ਵੀ ਇਸ ਸਪੀਚ 'ਤੇ ਜਦੋਂ ਉਹਨਾਂ ਨੇ ਬਿਆਨ ਦਿੱਤੇ ਅਮੈਰੀਕਾ ਦੇ ਅੰਦਰ, ਤਾਂ ਜਿਹੜੇ ਸਾਡੇ ਦੇਸ਼ ਦੇ ਦੇਸ਼ ਦਰੋਹੀ ਹੈ, ਜਿਹਨੂੰ ਆਤੰਕੀ ਕਿਹਾ ਜਾਂਦਾ, ਸਿੱਖ ਫਾਰ ਜਸਟਿਸ ਦੇ ਜਿਹੜੇ ਮੁਖੀਆ ਨੇ GPS ਪੰਨੂ, ਉਹਨੇ ਉਹਦਾ ਸਹਿਮਤੀ ਜਿਤਾਈ ਉਸ ਬਿਆਨ 'ਤੇ। ਉਹ ਕਹਿੰਦੇ ਅਗਰ ਉਹਨਾਂ ਨੇ ਉਸਦੀ ਸਹਿਮਤੀ ਜਿਤਾਈ, ਇਹਦਾ ਮਤਲਬ ਕੀ ਹੈ? ਕਿਉਂਕਿ ਉਹ ਪੰਨੂ ਜੋ ਸਾਡੇ ਦੇਸ਼ ਅੰਦਰ ਜਹਾਜ਼ਾਂ ਨੂੰ ਜਾਂ ਹੋਰ ਲੀਡਰਾਂ ਨੂੰ ਮਾਰਨ ਮਰਾਉਣ ਦੀਆਂ ਗੱਲਾਂ ਕਰਦਾ, ਇਸ ਕਰਕੇ ਜੇ ਅਗਰ ਉਹ ਸਮਰਥਕ ਕਰਦੇ ਨੇ ਰਾਹੁਲ ਗਾਂਧੀ ਨੂੰ, ਤਾਂ ਫਿਰ ਕਾਂਗਰਸ ਨੇ ਅੱਜ ਤੱਕ 2 ਦਿਨਾਂ ਦੇ ਵਿੱਚ, 3 ਦਿਨਾਂ ਹੋ ਗਏ,
ਉਹਨਾਂ ਨੇ ਉਸ ਖਿਲਾਫ ਗੱਲ ਕਿਉਂ ਨਹੀਂ ਕੀਤੀ? ਉਹਨਾਂ ਨੇ ਖਾਸ ਕਰਕੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਮਲਕਾਅਰਜੁਨ ਖੜਕੇ, ਉਹਨਾਂ ਨੂੰ ਕੁਐਸਚਨ ਕੀਤਾ ਵੀ ਤੁਸੀਂ ਹਜੇ ਤੱਕ ਮਾਫ਼ੀ ਕਿਉਂ ਨਹੀਂ ਮੰਗੀ, ਉਹਦੇ ਬਾਰੇ ਤੁਸੀਂ ਕਿਉਂ ਨਹੀਂ ਕੁਛ ਕਿਹਾ? ਕਿਉਂਕਿ ਗੁਰਵਰਤਪਨ ਸਿੰਘ ਪੰਨੂ ਜਿਹੜਾ ਹੈ ਉਹ ਤੰਗੀ ਹੈ, ਅਗਰ ਉਹ ਸਮਰਥਨ ਕਰ ਰਿਹਾ ਰਾਹੁਲ ਗਾਂਧੀ ਦੇ ਬਿਆਨ ਨੂੰ, ਇਹਦਾ ਮਤਲਬ ਕੀ ਹੈ? ਇਸ 'ਤੇ ਮੈਂ ਕੀ ਕਹਿ ਸਕਦਾ? ਅਤੇ ਉਹਨਾਂ ਨੇ ਇਹੀ ਗੱਲ ਕੀਤੀ ਵੀ ਹੁਣ ਜਿਹੜੀ ਹੈ ਮੈਂ ਮਾਫ਼ੀ ਨਹੀਂ ਮੰਗਾਂਗਾ, ਮਾਫ਼ੀ ਤੁਸੀਂ ਮੰਗੋ। ਜਦੋਂ ਪ੍ਰੈਸ ਨੇ ਉਹਨੂੰ ਪੁੱਛਿਆ ਬੰਦਰਾਂ ਰਮਿੰਦਰ ਸਿੰਘ ਬਿੱਟੂ ਨੂੰ ਗੱਲ ਕੀਤੀ ਵੀ ਕੀ ਤੁਹਾਨੂੰ ਖੇਦ ਹੈ ਇਸ ਬਿਆਨ 'ਤੇ ਵੀ ਰਾਹੁਲ ਗਾਂਧੀ ਨੂੰ ਤੰਗੀ ਕਹਿਣਾ, ਉਹ ਕਹਿੰਦੇ ਮੈਨੂੰ ਬਿਲਕੁਲ ਨਹੀਂ ਹੈ। ਕਹਿੰਦੇ ਗਾਂਧੀ ਪਰਿਵਾਰ ਜਿਹੜਾ ਕਿ ਪੰਜਾਬ ਨੂੰ ਉਹਨਾਂ ਨੇ ਜਲਾਇਆ, ਹਰਿਮੰਦਰ ਸਾਹਿਬ ਦੇ ਵਿੱਚ ਤੁਸੀਂ ਦੇਖੋ ਕਿੰਨਾ ਕੁਛ ਹੋਇਆ, ਔਰ ਉਹ ਕਹਿੰਦੇ ਮੇਰੀ ਇੱਕ ਪੀੜ੍ਹੀ ਜਿਹੜੀ ਹੈ ਸਾਡੇ ਪੰਜਾਬ ਦੀ, ਇੱਕ ਪੀੜ੍ਹੀ ਪੂਰੀ ਖਤਮ ਹੋ ਗਈ ਹੈ। ਅਤੇ ਕਿਉਂਕਿ ਉਹ ਗਾਂਧੀ ਪਰਿਵਾਰ ਦੀ ਗੱਲ ਕਰ ਰਹੇ ਸੀ, ਕਿਉਂਕਿ ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਉਹ ਵੀ ਸ਼ਹੀਦ ਹੋਏ ਸੀ, ਔਰ ਹੋਰ ਵੀ ਉਹਨਾਂ ਦੇ ਜਿਹੜੇ ਪੰਜਾਬ ਦੇ ਲੋਕ ਬਹੁਤ ਸਾਰੇ ਸ਼ਹੀਦ ਹੋਏ ਸੀ, ਉਹਨਾਂ ਨੇ ਗੱਲ ਉੱਥੇ ਗੱਲ ਕੀਤੀ। ਹੁਣ ਜਿੱਦਾਂ ਤੁਸੀਂ ਦੱਸਿਆ ਪਲਟਵਾਰ ਦੁਆਰਾ ਭਾਰਤੀ ਜਨਤਾ ਪਾਰਟੀ ਨੇ ਕਿਹਾ, ਔਰ ਰਾਜਸਥਾਨ ਦੇ ਅੰਦਰ ਟੇਕ ਦੇ ਅੰਦਰ ਔਰ ਛੱਤੀਸਗੜ੍ਹ ਦੇ ਅੰਦਰ ਦੁਰਗ ਦੇ ਅੰਦਰ ਦੋ FIR ਦਰਜ ਜਿਹੜੀਆਂ ਰਾਹੁਲ ਗਾਂਧੀ ਦੇ ਖਿਲਾਫ ਹੋ ਗਈਆਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ। ਤੋ ਜਿਹੜੇ ਬਿੱਟੂ 'ਤੇ ਧਾਰਾ ਦਰਜ ਹੋਈਆਂ ਉਹ 353 ਹੈ, 192 ਹੈ, 196 ਹੈ। ਉਹਦੇ ਵਿੱਚ ਇਹ ਕਿਹਾ ਗਿਆ ਵੀ ਤੁਸੀਂ ਭੜਕਾਊ ਭਾਸ਼ਣ ਦਿੱਤੇ ਨੇ, ਤੁਸੀਂ ਦੋ ਸਮੁਦਾਇਆਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰੀਕੇ ਦੀਆਂ ਜਿਹੜੀਆਂ ਧਾਰਾਵਾਂ IPS ਦੇ ਲੱਗੀਆਂ ਹੋਈਆਂ ਇਹ ਵੀ ਬੜੀਆਂ ਸੰਗੀਨ ਧਾਰਾਵਾਂ, ਲੇਕਿਨ ਇਹ ਸਿਆਸੀ ਲੜਾਈ ਹੋ ਚੁੱਕੀ ਹੈ, ਸਿਆਸੀ ਬਿਆਨਬਾਜ਼ੀ ਹੋ ਚੁੱਕੀ ਹੈ, ਜਿਹਦੇ ਉੱਤੇ ਹੁਣ ਮੈਨੂੰ ਲੱਗਦਾ ਕਾਬੂ ਪਾਉਣਾ ਮੁਸ਼ਕਲ ਹੋਏਗਾ। ਹੁਣ ਦੇਖੋ ਇਹ ਲੜਾਈ ਕਿੱਥੇ ਤੱਕ ਚੱਲਦੀ ਹੈ। ਬੈਂਗਲੌਰ ਦੇ ਵਿੱਚ ਰਵਨੀਤ ਬਿੱਟੂ ਖਿਲਾਫ਼ FIR ਦਰਜ ਹੋ ਗਈ ਅਤੇ ਜਵਾਬੀ ਕਾਰਵਾਈ ਦੇ ਵਿੱਚ BJP ਵੱਲੋਂ ਵੀ ਦੋ ਥਾਵਾਂ 'ਤੇ ਰਾਹੁਲ ਗਾਂਧੀ ਖਿਲਾਫ਼ FIR ਦਰਜ ਕਰਵਾ ਦਿੱਤੀ ਹੈ, ਅਤੇ ਹੁਣ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਘਟਣਗੀਆਂ ਜਾਂ ਫਿਰ ਨਹੀਂ? ਮੈਂ ਉਹੀ ਦੱਸ ਰਿਹਾ ਵੀ ਜਦੋਂ ਇਹ ਜਵਾਬੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਇੱਕ ਦੂਜੇ 'ਤੇ, ਸਿਆਸੀ ਬਿਆਨਬਾਜ਼ੀ ਜਿਹੜੀ ਹੈ ਉਹ ਦੁਬਾਰਾ FIR ਦੇ ਵਿੱਚ ਬਦਲ ਜਾਂਦੀ ਹੈ, ਤਾਂ ਉਦੋਂ ਮੁਸ਼ਕਲਾਂ ਵੱਧ ਜਾਂਦੀਆਂ। ਕਿਉਂਕਿ ਜਦੋਂ FIR ਦਰਜ ਹੁੰਦੀ ਹੈ ਤਾਂ ਰਾਹੁਲ ਗਾਂਧੀ ਨੂੰ ਵੀ ਉਹਦਾ ਜਵਾਬ ਦੇਣਾ ਪਊਗਾ, ਉੱਥੇ ਜਾਣਾ ਪਊਗਾ, ਔਰ ਉਸ 'ਤੇ ਅਗਰ ਕੋਈ ਉਹ FIR ਦੇ ਵਿੱਚ ਅਗਰ ਕੋਈ ਕਸੂਰਵਾਰ ਸਾਬਤ ਹੋ ਜਾਂਦਾ, ਅਦਾਲਤ ਦੇ ਵਿੱਚ ਸਾਬਤ ਹੋ ਜਾਂਦਾ, ਫਿਰ ਸਜ਼ਾ ਵੀ ਹੋ ਸਕਦੀ ਹੈ। ਇਸ ਕਰਕੇ ਵੱਡੇ ਲੀਡਰ ਹੋਣ ਚਾਹੇ ਛੋਟੇ ਲੀਡਰ ਹੋਣ, ਜਦੋਂ ਕਿਸੇ 'ਤੇ FIR ਦਰਜ ਹੋ ਜਾਂਦੀ ਹੈ ਉਹ FIR ਦਾ ਫਿਰ ਉਹਨਾਂ ਨੂੰ ਜਵਾਬ ਦੇਣਾ ਪੈਂਦਾ, ਸਾਹਮਣਾ ਕਰਨਾ ਪੈਂਦਾ, ਔਰ ਫਿਰ ਕੋਰਟ ਕਚਹਿਰੀਆਂ ਦੇ ਵਿੱਚ ਧੱਕੇ ਖਾਣੇ ਪੈਂਦੇ ਆ। ਔਰ ਇਸ ਤਰੀਕੇ ਦੀਆਂ ਜਿਹੜੀਆਂ FIR ਆ, ਮੇਰੇ ਹਿਸਾਬ ਨਾਲ ਇਹ ਬਿਆਨਬਾਜ਼ੀ ਤੋਂ ਜਿਹੜਾ ਹੈ ਗੁਰੇਜ਼ ਕਰਨਾ ਚਾਹੀਦਾ। ਹੁਣ ਆਉਣ ਵਾਲੇ ਇਲੈਕਸ਼ਨ ਹੈ, ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ, ਅੱਜ ਤੁਸੀਂ ਦੇਖਿਆ ਹੋਣਾ ਹਰਿਆਣਾ ਦੇ ਵਿੱਚ ਰਾਹੁਲ ਗਾਂਧੀ ਗਏ ਸੀ ਇੱਕ ਪਿੰਡ ਦੇ ਅੰਦਰ, ਕਨਾਲ ਦੇ ਅੰਦਰ ਇੱਕ ਪਿੰਡ ਹੈਗਾ ਉਹਦੇ ਵਿੱਚ, ਕਿਉਂਕਿ ਉੱਥੇ ਉਹਨਾਂ ਨੇ ਵਾਅਦਾ ਕੀਤਾ ਸੀ ਅਮਰੀਕਾ ਵਿੱਚ ਇੱਕ ਲੜਕੇ ਨੂੰ ਮਿਲੇ ਸੀ ਜਿਹਦਾ ਐਕਸੀਡੈਂਟ ਹੋ ਗਿਆ ਸੀ, ਔਰ ਐਕਸੀਡੈਂਟ ਦੇ ਬਾਅਦ ਉਹਦੇ ਵਿੱਚ ਉੱਥੇ ਉਹਨਾਂ ਨੇ ਕਿਹਾ ਸੀ ਮੈਂ ਜਦੋਂ ਵੀ ਇੰਡੀਆ ਜਾਊਂਗਾ ਤੁਹਾਡੇ ਹਰਿਆਣਾ ਤੁਹਾਡੇ ਘਰ ਜ਼ਰੂਰ ਜਾਊਂਗਾ, ਤਾਂ ਅੱਜ ਉਹਨਾਂ ਨੇ ਕਈ ਫੋਟੋਆਂ ਵੀ ਨਸ਼ਰ ਕੀਤੀਆਂ ਇਹ ਦੱਸਣ ਵਾਸਤੇ ਵੀ ਮੈਨੂੰ ਬਹੁਤ ਜ਼ਿਆਦਾ ਸਿਮਥੀ ਹੈ। ਔਰ ਹਰਿਆਣਾ ਦੇ ਅੰਦਰ ਇਹ ਚੀਜ਼ਾਂ ਜਿਹੜੀਆਂ ਬਹੁਤ ਹੁਣ ਇਲੈਕਸ਼ਨ ਦੇ ਵਿੱਚ ਕਾਊਂਟ ਕਰਦੀਆਂ, ਜਦੋਂ ਤੁਸੀਂ ਕਿਸੇ ਦੇ ਘਰ ਜਾ ਕੇ ਵੱਡਾ ਲੀਡਰ ਜਦੋਂ ਕਿਸੇ ਦੇ ਘਰ ਜਾ ਕੇ ਸਿਮਥੀ ਲੈਂਦਾ ਜਾਂ ਉਹਦਾ ਹਾਲ ਚਾਲ ਪੁੱਛਦਾ ਕਿਸੇ ਬਿਮਾਰ ਦਾ ਜਾਂ ਉਹਦੇ ਘਰਦਿਆਂ ਦਾ, ਤਾਂ ਉੱਤੇ ਬਹੁਤ ਅਸਰ ਪੈਂਦਾ, ਵੋਟ ਬੈਂਕ 'ਤੇ ਵੀ ਬਹੁਤ ਅਸਰ ਪੈਂਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਦੂਜੇ ਪਾਸੇ ਰਾਹੁਲ ਗਾਂਧੀ ਦੀਆਂ ਅੱਛੀਆਂ ਵੀ ਹੈ, ਉਹ ਲੋਕਾਂ ਨਾਲ ਜਾ ਕੇ ਵਿਚਰਦੇ ਨੇ ਔਰ ਉਹਨਾਂ ਦੇ ਘਰ ਜਾ ਕੇ ਉਹਨੇ ਇੱਕ ਡੇਢ ਘੰਟਾ ਰਹੇ ਵੀ ਨੇ। ਤੋ ਅੱਜ ਹਰਿਆਣਾ ਦੇ ਅੰਦਰ ਜਿੱਦਾਂ ਰਾਹੁਲ ਗਾਂਧੀ ਦੀ ਗੱਲ ਕਰੀਏ, ਇਸ ਤਰੀਕੇ ਨਾਲ ਕੇਜਰੀਵਾਲ ਵੀ ਪਹੁੰਚ ਗਏ, ਉਹ ਵੀ ਰੈਲੀਆਂ ਕਰ ਰਹੇ ਨੇ, ਆਪਣੇ ਪੰਜਾਬ ਦੇ CM ਮਾਨ ਵੀ ਪਹੁੰਚ ਗਏ ਨੇ, ਭਗਵੰਤ ਮਾਨ ਵੀ ਉੱਥੇ ਅਸਲੇ ਰੈਲੀਆਂ ਕਰ ਰਹੇ ਨੇ। ਤੋ ਮੈਨੂੰ ਲੱਗਦਾ ਵੀ ਹਰਿਆਣਾ ਦੀ ਜਿਹੜੀ ਇਹ ਇਲੈਕਸ਼ਨ ਹੈ ਉਹਦੇ ਵਿੱਚ ਇਹ ਬਿਆਨਬਾਜ਼ੀ ਹੁਣ ਦੁਬਾਰਾ ਸਟੇਜਾਂ 'ਤੇ ਆਏਗੀ। ਹੁਣ ਦੇਖਣਾ ਹੋਊਗਾ ਕਿ
ਸਿੱਖਾਂ ਦੀ ਵੋਟ ਕੀ ਰਾਹੁਲ ਗਾਂਧੀ ਲੈ ਸਕੇਗਾ ਜਾਂ ਫਿਰ ਭਾਰਤੀ ਜਨਤਾ ਪਾਰਟੀ ਨੂੰ ਉਹਦਾ ਫਾਇਦਾ ਹੋਏਗਾ? ਕਿਉਂਕਿ ਸਪੈਸ਼ਲ ਕਹਿ ਦਿੱਤਾ ਬਿੱਟੂ ਨੇ ਕਿ ਮੈਂ ਸਿੱਖ ਪਹਿਲਾਂ ਜੀ, ਮੰਤਰੀ ਬਾਅਦ 'ਚ ਹੈ। ਉਹ ਕਹਿੰਦੇ ਸਾਡੇ ਸਿੱਖਾਂ ਦੀ ਭਾਵਨਾਵਾਂ ਨੂੰ ਉਹਨੇ ਖਰਾਬ ਕੀਤਾ। ਮੈਂ ਸਿੱਖ ਪਹਿਲਾਂ, ਮੰਤਰੀ ਬਾਅਦ 'ਚ ਹੈ, ਕਿਉਂਕਿ ਪੰਜਾਬ ਨੂੰ ਉਹਨਾਂ ਨੇ ਐਡਾ ਵੱਡੀ ਗੱਲ ਕਹੀ। ਉਹ ਕਹਿੰਦੇ ਪੰਜਾਬ ਨੂੰ ਗਾਂਧੀ ਪਰਿਵਾਰ ਨੇ ਜਲਾ ਕੇ ਰੱਖਤਾ। ਤੋ ਉਸ ਤਰੀਕੇ ਦੇ ਉਸ ਸੰਦਰਭ ਦੇ ਵਿੱਚ ਉਹਨਾਂ ਦਾ ਜਿਹੜਾ ਬਿਆਨ ਸੀਗਾ ਨਾ, ਤਾਂ ਆਇਆ। ਵਾਰ ਵਾਰ ਉਹਨਾਂ ਨੂੰ ਪੁੱਛਿਆ ਗਿਆ ਮੀਡੀਆ ਦੇ ਵਿੱਚ ਵੀ ਤੁਹਾਨੂੰ ਕੋਈ ਖੇਦ ਹੈ? ਉਹ ਕਹਿੰਦੇ ਨਹੀਂ, ਮੈਨੂੰ ਬਿਲਕੁਲ ਖੇਦ ਨਹੀਂ ਹੈ। ਮੈਂ ਇਹ, ਬਲਕਿ ਇਹ ਜਿਹੜੀ ਗੱਲ ਹੈ, ਮੈਂ ਇਹ ਲੋਕ ਸਭਾ ਦੇ ਵਿੱਚ ਵੀ ਇਹਨੂੰ ਕਹਾਂਗਾ, ਉੱਥੇ ਵੀ ਪਟਲ 'ਤੇ ਰੱਖਾਂਗਾ। ਹੁਣ ਦੇਖਣਾ ਹੋਊਗਾ, ਹੁਣ ਜਦੋਂ ਸੈਸ਼ਨ ਹੁੰਦਾ ਕਿ ਵਾਕਈ ਰਮਣੀਤ ਸਿੰਘ ਬਿੱਟੂ ਉਸ ਗੱਲ ਨੂੰ ਪਟਲ 'ਤੇ ਰੱਖਦੇ ਆ, ਫਿਰ ਰਾਹੁਲ ਗਾਂਧੀ ਨੂੰ ਉਸਦਾ ਜਵਾਬ ਦੇਣਾ ਪਊਗਾ। ਮੁਸ਼ਕਲਾਂ ਤਾਂ ਵੱਧ ਰਹੀਆਂ। ਮੇਰਾ ਸਾਹਿਬ, ਜਿੱਦਾਂ ਕਿ ਇਹ ਸਿੱਖ ਭਾਈਚਾਰੇ ਦਾ ਮਸਲਾ ਹੈ, ਤਾਂ ਇਸਦਾ ਮਤਲਬ ਕਿ ਹਰਿਆਣਾ ਵਿੱਚ ਜੋ ਚੋਣਾਂ ਹੋਣੀਆਂ ਉਸ 'ਤੇ ਵੀ ਅਸਰ ਪਵੇਗਾ, ਅਤੇ ਦੇਸ਼ 'ਤੇ ਵੀ ਜਿਹੜੀਆਂ ਵੱਖ ਵੱਖ ਚੋਣਾਂ ਹੋਣੀਆਂ ਅੱਗੇ ਨੂੰ ਜਾ ਕੇ, ਉਹਨਾਂ 'ਤੇ ਵੀ ਕੋਈ ਅਸਰ ਪਵੇਗਾ ਇਹਨਾਂ ਦਾ? ਬਿਲਕੁਲ ਬੰਦਨਾ, ਦੇਖੋ ਹਰਿਆਣਾ ਵਿੱਚ ਤਾਂ ਹੁਣ ਇਲੈਕਸ਼ਨ ਹੋ ਰਹੇ ਨੇ, 5 ਤਰੀਕ ਨੂੰ ਵੋਟਾਂ ਪੈਣੀਆਂ। ਜੰਮੂ ਕਸ਼ਮੀਰ ਵੀ ਇਲੈਕਸ਼ਨ ਹੋ ਰਹੇ ਨੇ, ਇੱਕ ਦੌਰ ਦਾ ਪੋਲਿੰਗ ਹੋ ਚੁੱਕੀ ਹੈ। ਹੁਣ ਆਉਣ ਵਾਲਾ ਸਮਾਂ ਜਿਹੜਾ ਦਿੱਲੀ ਦਾ ਹੈ, ਦਿੱਲੀ ਵਿੱਚ ਇਲੈਕਸ਼ਨ ਹੋਣਗੇ, ਉਸ ਤੋਂ ਬਾਅਦ ਮਹਾਰਾਸ਼ਟਰ 'ਚ ਹੈ, ਨਵੰਬਰ ਵਿੱਚ ਇਲੈਕਸ਼ਨ ਹੈ, ਹੋਰ ਵੀ ਕਈ ਜਗ੍ਹਾ ਜਿਹੜੇ ਇਲੈਕਸ਼ਨ ਡਿਊ ਹੈਗੇ ਨੇ। ਤੋ ਇਹ ਜਿਹੜੇ ਸਿੱਖ ਸਾਡੇ ਭਾਈਚਾਰਾ ਹੈ, ਸਿੱਖ ਸਮੁਦਾਇ ਆ, ਉਹ ਹਰ ਜਗ੍ਹਾ ਹਿੰਦੁਸਤਾਨ ਦੇ ਅੰਦਰ ਬੈਠਾ, ਹਰ ਜਿਹਨੂੰ ਕਹਿੰਦੇ ਦੁਨੀਆ ਦੇ ਕੋਨੇ ਵਿੱਚ ਬੈਠਾ ਹੈ। ਔਰ ਜਦੋਂ ਬਾਹਰੋਂ ਜਾਂ ਹਿੰਦੁਸਤਾਨ ਦੇ ਅੰਦਰ ਕਿਤੋਂ ਵੀ ਜਦੋਂ ਕਿਸੇ ਵੀ ਸਮੁਦਾਇ ਅੰਦਰ ਕੋਈ ਆਵਾਜ਼ ਉੱਠਦੀ ਆ, ਅਗਲੇ ਕਹਿੰਦੇ ਜੀ ਸਾਡੀ ਭਾਵਨਾਵਾਂ ਨੂੰ ਠੇਸ ਪਹੁੰਚਾਇਆ, ਤਾਂ ਆਵਾਜ਼ ਫਿਰ ਜਿਹੜੀ ਹੈ ਨਾ, ਉਹ ਕਹਿੰਦੇ ਵੀ ਇੱਕ ਚਿੰਗਾਰੀ ਜਿਹੜਾ ਉਹ ਅੱਗ ਦਾ ਰੂਪ ਲੈ ਲੈਂਦੀ ਆ। ਇਸ ਕਰਕੇ ਇਹਨੂੰ ਰੋਕਣਾ ਜ਼ਰੂਰੀ ਹੈ, ਨਹੀਂ ਤਾਂ ਜਿਸ ਤਰ੍ਹਾਂ ਪੰਜਾਬ ਨੇ ਪਹਿਲਾਂ ਸੰਤਾਪ ਭੋਗਿਆ, ਕਿਤੇ ਹੁਣ ਨਾ ਕਿਸੇ ਤਰੀਕੇ ਨਾਲ ਕੋਈ ਚਿੰਗਾਰੀ ਜਿਹੜੀ ਹੈ ਉਹ ਅੱਗ ਦਾ ਰੂਪ ਲੈ ਜਾਏ। ਮੈਨੂੰ ਵੀ ਲੱਗਦਾ ਵੀ ਇਲੈਕਸ਼ਨਾਂ ਵਿੱਚ ਲੋਕ ਜਵਾਬ ਦੇਣਗੇ। ਅਗਰ ਉਹਨਾਂ ਨੂੰ ਲੱਗਿਆ ਵੀ ਰਾਹੁਲ ਗਾਂਧੀ ਨੇ ਸਾਡੇ ਸਿੱਖ ਸਮੁਦਾਇ ਦੇ ਅਗੇਂਸਟ ਕੋਈ ਬੋਲਿਆ ਹੈ, ਸਾਡੇ ਭਾਵਨਾਵਾਂ ਨੂੰ ਠੇਸ ਪਹੁੰਚਿਆ, ਤਾਂ ਮੈਨੂੰ ਲੱਗਦਾ ਫਿਰ ਉਹਦਾ ਖੁਮਾਇਜਾ ਵੀ ਜਿਹੜਾ ਹੈ ਰਾਹੁਲ ਗਾਂਧੀ ਨੂੰ ਭੁਗਤਣਾ ਪਏਗਾ। ਜਿੱਦਾਂ ਤੁਸੀਂ ਮੁਸ਼ਕਲ ਦੀ ਗੱਲ ਕੀਤੀ ਸੀ, ਰਾਹੁਲ ਗਾਂਧੀ ਦੀਆਂ ਫਿਰ ਮੁਸ਼ਕਲਾਂ ਜਿਹੜੀਆਂ ਵੱਧ ਸਕਦੀਆਂ। ਸੋ ਇਹ ਸੀ ਸਾਡਾ ਅੱਜ ਦਾ ਖਾਸ ਮੁੱਦਾ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਇਸ ਵਿਸ਼ੇਸ਼ ਮੁੱਦੇ 'ਤੇ ਆਪਣਾ ਚਾਨਣਾ ਪਾਇਆ। ਧੰਨਵਾਦ ਸਰ। ਧੰਨਵਾਦ। ਸੋ ਇਹ ਸੀ ਸਾਡਾ ਅੱਜ ਦਾ ਅਹਿਮ ਮੁੱਦਾ, ਜਿਸ ਨੂੰ ਲੈ ਕੇ ਤੁਹਾਨੂੰ ਪਤਾ ਹੈ ਕਿ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਜਿਵੇਂ ਕਿ ਸਿਆਸਤ ਹੈ ਕਾਫੀ ਜ਼ਿਆਦਾ ਗਰਮਾਈ ਹੋਈ ਹੈ। ਸੋ ਕੱਲ੍ਹ ਤੋਂ ਫਿਰ ਪੇਸ਼ ਹੋਵਾਂਗੇ ਇੱਕ ਅਹਿਮ ਮੁੱਦਾ ਲੈ ਕੇ ਤੁਹਾਡੇ ਸਾਹਮਣੇ। ਸੋ ਤਦ ਤੱਕ ਲਈ ਦੋ ਇਜਾਜ਼ਤ। ਧੰਨਵਾਦ।